सत श्री अकाल जी, न्यूज़ एशिया पंजाबी देख रहे हो तुसीं ते मैं हाँ कुलवंत सिंह। मेरे नाल अज एक बार फिर एक नवे मेहमान, एक नवा तजर्बा, एक नवे मेहमान, एक नवा दिन ते एक नवी समस्या का हल। मेरे नाल जिहड़े मेहमान ने एक पेशे तो ड्राइवर ने, बाहर जाना हुंदा कई बार महीना महीना भी लग जाता, तो ढाबों के उत्ते खाना किते कितें खाना कितें खाना, तो अलग अलग जगह के उत्ते खाण पीण के नाल जिहड़ा इन्हां नूं एक अजिही समस्या आई जिहनूं अंग्रेजी दवाइया वाले डॉक्टर कहिंदे ने ऑटो इम्यून डिसऑर्डर, इरीटेबल बाउल सिंड्रोम, संग्रहणी। खाना खाओ तो नाल दी नाल जिहड़ा वो तुहानूं जिहड़ा वो टॉयलेट जाना पैंदा, तुहानूं लैटरीन जाना पैंदा, पेट च वट पैंदा, दर्द हुंदा, तो इस दे नाल होर बहुत सारिया समस्यावां आउंदियां ने। हर खाने तो बाद चाहे तुसीं एक छोलियां दा दाणा भी चुक के मुँह पा लिया तो तुहानूं लैटरीन जाना पएगा, कुछ भी पी लिया उहदे बाद तुहानूं लैटरीन जाना पएगा। तो ये इरीटेबल बाउल सिंड्रोम हुंदा, संग्रहणी हुंदी है, तो एक ऑटोम्यून डिसऑर्डर, तो बड़ी खतरनाक बीमारी है। बड़े लंबे समय इन्हां ने संताप भोगया, लगभग 8-10 साल, तो ਕਿੱਦਾਂ ਕਿਹੜੇ ਹਾਲਾਤਾਂ ਵਿੱਚੋਂ ਲੰਘ ਕੇ ਅੱਜ ਸਾਡੇ ਨਾਲ ਤਜਰਬਾ ਸਾਂਝਾ ਕਰ ਰਹੇ ਨੇ, ਆਪਾਂ ਦੇ ਇਹਨਾਂ ਦੇ ਮੂੰਹ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਰਜੀਤ ਸਿੰਘ। ਅਮਰਜੀਤ ਸਿੰਘ ਜੀ, ਕੀ ਕੰਮ ਕਰਦੇ ਹੋ, ਕਿੱਥੋਂ ਦੇ ਰਹਿਣ ਵਾਲੇ ਹੋ, ਕਿੰਨੀ ਉਮਰ ਹੈ ਤੁਹਾਡੀ? ਮੇਰੀ ਜੀ 42 ਸਾਲ ਉਮਰ ਹੈ, ਡਰਾਈਵਰਿੰਗ ਕਰਦਾ ਜੀ ਮੈਂ। ਅੱਛਾ, ਕੋਟ ਇਸੇ ਖਾਂ ਦਾ ਰਹਿਣ ਵਾਲਾ ਜੀ ਮੈਂ। ਕੋਟ ਇਸੇ ਖਾਂ ਦੇ ਰਹਿਣ ਵਾਲੇ ਹੋ? ਹਾਂਜੀ। ਤੇ ਡਰਾਈਵਰ ਦਾ ਕੰਮ ਕਰਦੇ ਹੋ, ਫਿਰ ਕਾਫੀ ਦਿਨ ਘਰੋਂ ਬਾਹਰ ਰਹਿਣਾ? ਹਾਂਜੀ, ਮਹੀਨਾ ਦੋ ਮਹੀਨੇ ਬਾਹਰ ਗੁਹਾਟੀ ਲੈਣ 'ਤੇ ਚੱਲਦੇ ਹਾਂ ਜੀ। ਅੱਛਾ, ਅਤੇ ਖਾਣਾ ਪੀਣਾ? ਫਿਰ ਖਾਣਾ ਪੀਣਾ ਬਸ ਐਂ ਹੋਟਲਾਂ 'ਤੇ, ਢਾਬਿਆਂ 'ਤੇ ਖਾਣਾ ਪੀਣਾ ਸੀ। ਅੱਛਾ, ਹਾਂਜੀ। ਕਿਹੜੇ ਸੰਨ ਦੇ ਵਿੱਚ ਤੁਹਾਨੂੰ ਸਰੀਰ ਦੇ ਵਿੱਚ ਸਮੱਸਿਆ ਆਈ? ਇਹ ਜੀ 2011 ਦੇ ਲਗਭਗ, 10-11 ਦੇ ਲਗਭਗ ਪ੍ਰੋਬਲਮ ਆਈ ਇਹ। ਪਹਿਲਾਂ ਜਿਵੇਂ ਥੋੜ੍ਹੀ ਸੀ। ਕੀ ਪਹਿਲੇ ਦਿਨ ਜਦੋਂ ਤੁਹਾਨੂੰ ਇਹ ਸਮੱਸਿਆ ਆਈ, ਕੀ ਹੋਇਆ ਸੀ ਉਦੋਂ? ਬਸ ਜਿਵੇਂ ਖਾਣਾ ਅਤੇ ਖਾਣੇ ਤੋਂ ਬਾਅਦ ਫਲੱਸ਼ ਚਲੇ ਜਾਣਾ, ਲੈਟਰਿੰਗ ਚਲੇ ਜਾਣਾ। ਜੇ ਮੰਨ ਲਾ ਕੋਈ ਵੀ ਚੀਜ਼ ਖਾਂਦੇ ਸੀ, ਐਂ ਪ੍ਰੋਬਲਮ ਹੁੰਦੀ ਸੀ ਵੀ ਲੈਟਰਿੰਗ ਜਾਣਾ, ਅਤੇ ਆਹ ਚੀਜ਼ਾਂ 'ਚ ਦਰਦ ਹੋਣ ਲੱਗ ਪੈਂਦਾ ਸੀ ਵੱਖੀਆਂ 'ਚ। ਅੱਛਾ, ਹਾਂਜੀ। ਅਤੇ ਦਿਨ ਦੇ ਵਿੱਚ ਕਿੰਨੀ ਵਾਰੀ ਇੱਦਾਂ ਹੁੰਦਾ ਜੀ? ਇਹ ਜੀ ਐਂ ਜਿਵੇਂ ਮੰਨ ਲਿਆ 2 ਵਾਰੀ ਖਾਣਾ ਖਾਧਾ, 3 ਵਾਰੀ ਬਸ ਐਂ ਜਿਵੇਂ ਹੋਟਲ 'ਤੇ ਬੈਠ ਕੇ ਕੋਈ ਛੋਟੀ ਮੋਟੀ ਚੀਜ਼ ਵੀ ਖਾਣੀ, ਚਿਪਸ ਖਾ ਲਈ, ਜਿਵੇਂ ਚਾਹ ਪੀਤੀ, ਚਾਹ ਦੇ ਨਾਲ ਕੋਈ ਚੀਜ਼ ਖਾ ਲਈ, ਤਾਂ ਵੀ ਯਕਦਮ ਰੋੜਾ ਜਿਹਾ ਪੈਣਾ, ਦਰਦ ਹੋਣਾ, ਅਤੇ ਚਲੇ ਜਾਣਾ ਫਲੱਸ਼। ਅਤੇ ਸਿਰਫ ਫਲੱਸ਼ ਦੇ ਵਿੱਚ ਲੈਟਰਿੰਗ ਦੀ ਜਾਂਦੇ ਸੀ ਜਾਂ ਫਿਰ ਉਲਟੀ ਵਗੈਰਾ ਵੀ ਆਉਂਦੀ ਸੀ? ਨਹੀਂ, ਬਸ ਆਹ ਲੈਟਰਿੰਗ ਦੀ ਪ੍ਰੋਬਲਮ ਸੀ, ਮਤਲਬ ਜਿਵੇਂ ਮਰੋੜਾ ਜਾਣਾ, ਦਰਦ ਹੋਣਾ ਵੱਖੀਆਂ 'ਚ, ਅਤੇ ਅਸੀਂ ਚਲੇ ਜਾਣਾ। ਇਹ ਕਿੰਨੇ ਦਿਨ ਚੱਲੀ ਗਿਆ ਇਹ ਸਿਸਟਮ, ਅਤੇ ਉਸ ਤੋਂ ਬਾਅਦ ਤੁਸੀਂ ਡਾਕਟਰ ਕੋਲ ਗਏ? ਅਸੀਂ ਜੀ ਵੇਖ ਲਓ ਤੁਸੀਂ 2010 ਤੋਂ ਲੈ ਕੇ, ਮੈਂ ਬਹੁਤ ਪਹਿਲਾਂ ਇੱਥੇ ਕੋਟੀ ਸਿੰਘਾਂ ਡਾਕਟਰ ਸੀ ਉਹਨਾਂ ਤੋਂ ਦਵਾਈ। ਜਦੋਂ ਪਹਿਲੀ ਵਾਰੀ ਇਹ ਹੋਇਆ ਤੁਹਾਨੂੰ, ਉਦੋਂ ਕਿੰਨੇ ਦਿਨ ਇਹ ਹੋਈ ਗਿਆ, ਅਤੇ ਉਦੋਂ ਤੁਸੀਂ ਕਿ ਹੁਣ ਜਿੱਦਣ ਪਹਿਲੀ ਵਾਰੀ ਹੋਇਆ ਉਦੋਂ ਹੀ ਤੁਸੀਂ ਡਾਕਟਰ ਕੋਲ ਚਲੇ ਗਏ? ਨਹੀਂ, ਪਹਿਲਾਂ ਤਾਂ ਜਿਵੇਂ ਪ੍ਰੋਬਲਮ ਹੋਈ, ਛੋਟੀ ਮੋਟੀ ਗੋਲੀ ਗਾਲੀ ਜਿਵੇਂ ਲੈ ਲਈ, ਐਂ ਮਤਲਬ ਹੌਲੀ ਹੌਲੀ, ਬਾਅਦ ਦੇ ਵਿੱਚ ਜਦੋਂ ਬਾਹਰ ਜਾਣਾ ਅਤੇ ਦਿੱਕਤ ਆਉਣੀ, ਅਤੇ ਅਸੀਂ ਇੱਥੇ ਡਾਕਟਰ ਨੂੰ ਚੈੱਕ ਕਰਾਇਆ, ਉਹ ਕੋਈ ਕੁਛ ਕਹੇ, ਕੋਈ ਕੁਛ, ਕੋਈ ਤਾਂ ਕਹੇ ਵੀ ਤੈਨੂੰ ਧਰਨ ਪੈ ਗਈ ਆ, ਕੋਈ ਕੁਛ ਕਹਿ ਦਿਆ ਕਰੇ, ਉਹਦੇ ਨਾਲ ਮੈਂ ਡਾਕਟਰ ਤੋਂ ਦਵਾਈ ਲੈ ਲੈਣੀ, ਜਿਵੇਂ 2-4 ਦਿਨ ਮੇਰੇ ਲੰਘ ਜਾਣੇ, ਮੈਂ ਬਾਹਰ ਚਲੇ ਜਾਣਾ, ਮੈਨੂੰ ਫਿਰ ਇਹੀ ਪ੍ਰੋਬਲਮ ਹੋਣੀ। ਬਾਹਰ ਵੀ ਮੰਨ ਲਾ ਜਿਵੇਂ ਸਮਾਂ ਆਇਆ, ਮਾੜੀ ਮੋਟੀ ਦਵਾਈ ਲਈ, ਬਸ ਉਹ ਜਿੰਨਾ ਚਿਰ ਮੰਨ ਲਾ ਕੋਈ 2-4 ਘੰਟੇ 5 ਘੰਟੇ ਬਸ ਐਂ ਹੀ ਰਹਿੰਦਾ ਸੀ, ਨਹੀਂ ਤਾਂ ਕੋਈ ਫਰਕ ਨਹੀਂ ਪੈਂਦਾ ਸੀ। ਅੱਛਾ, ਅਤੇ ਜਦੋਂ ਇਹ ਦਵਾਈ ਲਿੱਤੀ ਅਤੇ ਕੋਈ ਟੈਸਟ ਟੁਸਟ ਵੀ ਕਰਾਏ ਉਹਨਾਂ ਨੇ? ਨਹੀਂ, ਪਹਿਲਾਂ ਤਾਂ ਐਂ ਚੱਲਦਾ ਰਿਹਾ ਜੀ, ਬਾਅਦ 'ਚ ਫਿਰ ਮੈਂ 2013 'ਚ ਟੈਸਟ ਕਰਵਾਏ। ਅੱਛਾ, ਉਹਨਾਂ ਨੇ ਕਿਹਾ ਵੀ ਤੁਸੀਂ ਟੈਸਟ ਕਰਾਓ। ਇੱਕ ਇੱਥੇ ਸਰਕਾਰੀ ਹਸਪਤਾਲ? ਹਾਂਜੀ, ਸਰਕਾਰੀ ਹੋਸਪਿਟਲ ਟੈਸਟ ਕਰਾਏ ਸੀ ਮੈਂ ਮੋਗਿਓਂ, ਅਤੇ ਉਹਨਾਂ ਨੇ ਵੀ ਮੈਨੂੰ ਬਾਅਦ ਦੇ ਵਿੱਚ ਫਿਰ ਕਿਹਾ ਵੀ ਤੁਸੀਂ ਦਵਾਈ ਖਾਓ, ਅਤੇ ਦਵਾਈ ਲਿਖ ਕੇ ਦੇ ਦਿੱਤੀ, ਮੈਂ ਮੈਡੀਸਨ ਨੂੰ ਖਾਂਦਾ ਰਿਹਾ, ਪਰ ਉਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ। ਤੁਹਾਨੂੰ ਦੱਸਿਆ ਨਹੀਂ ਸਮੱਸਿਆ ਕੀ ਸੀ? ਨਾ, ਉਹ ਕਹਿੰਦੇ ਤੁਹਾਡੇ ਪੇਟ 'ਚ ਕੋਈ ਇਨਫੈਕਸ਼ਨ ਆ, ਕੋਈ ਕਹਿੰਦੇ ਕੁਛ ਆ, ਕੋਈ ਕੁਛ, ਜਿੰਨੀਆਂ ਗੱਲਾਂ ਬਸ ਐਂ। ਬਾਅਦ 'ਚ ਮੈਂ ਉਹਨਾਂ ਕੋਲੋਂ ਦਵਾਈ ਲਿਆ ਕੇ ਮੋਗਿਓਂ ਜਿਹੜੇ ਸਰਕਾਰੀ ਹੋਸਪਿਟਲ ਦਿਖਾਇਆ ਸੀ, ਉਹਨਾਂ ਨੇ ਮੈਨੂੰ ਇੱਕ ਮੈਡੀਸਨ ਲਿਖ ਕੇ ਦਿੱਤੀਆਂ, ਉਹ ਮੈਂ ਖਾਂਦਾ ਰਿਹਾ। ਮਤਲਬ ਜਿਵੇਂ ਮੈਂ ਉਹਨਾਂ ਨੂੰ ਟੈਸਟ ਕਰਾਇਆ, ਉਹਨਾਂ ਨੂੰ ਮੈਂ ਉਹਨਾਂ ਨੂੰ ਕਹਿਤਾ ਵੀ ਮੈਂ ਮਹੀਨਾ ਘਰੇ ਨਹੀਂ ਆਉਂਦਾ, ਮੈਂ ਗੱਡੀ 'ਤੇ ਚਲਾ ਜਾਣਾ, ਉਹਨਾਂ ਨੇ ਮੈਨੂੰ ਮਹੀਨੇ ਦੀ ਲਿਖ ਦਿੱਤੀ, ਮੈਂ ਲੈ ਲਈ, ਮੈਂ ਮਹੀਨਾ ਤਜਰਬਾ ਕੀਤਾ, ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਅੱਛਾ, ਅਤੇ ਜਦੋਂ ਕੋਈ ਤੁਸੀਂ ਬਾਹਰ ਜਾਂਦੇ ਹੋਣੇ, ਤੁਸੀਂ ਉੱਥੋਂ ਵੀ ਤੁਸੀਂ ਸੋਚਦੇ ਹੋਣੇ ਵੀ ਕਿਤੇ ਰਸਤੇ 'ਚ ਵੀ ਲੈ ਲਓ? ਰਸਤੇ 'ਚ ਵੀ ਬਹੁਤ ਡਾਕਟਰਾਂ ਨੂੰ ਚੈੱਕ ਕਰਾਉਣਾ, ਮੰਨ ਲਓ ਜਦੋਂ ਕੋਈ ਪ੍ਰੋਬਲਮ ਹੋਣੀ, ਨਾਲ ਦੇ ਗੱਡੀਆਂ ਵਾਲਿਆਂ ਨੇ ਕਹਿਣਾ ਯਾਰ ਇੱਥੋਂ ਟੈਸਟ ਕਰਾ ਲੈਂਦੇ ਹਾਂ ਜਾਂ ਇੱਥੋਂ ਚੈੱਕ ਕਰਾ ਲੈਂਦੇ ਹਾਂ ਕਰਾਉਣਾ, ਪਰ ਨਹੀਂ, ਉਹਦੇ ਨਾਲ ਕੋਈ ਮੈਨੂੰ ਫਰਕ ਨਹੀਂ ਪਿਆ। ਅੱਛਾ, ਅਤੇ ਜਦੋਂ
ਡਾਕਟਰ ਕੋਲ ਗਏ ਧਰਨ ਵਾਲੇ ਤੁਸੀਂ ਤੁਸੀਂ ਕਹਿ ਦਿੰਦਾ ਕੋਈ ਕਹਿ ਦਿੰਦਾ ਹੋਣਾ ਵੀ ਤੁਹਾਡੇ ਜਿਹੜੀ ਇਨਫੈਕਸ਼ਨ ਹੋਈ ਵੀ ਹੈ ਕੋਈ ਕਹਿ ਦਿੰਦਾ ਹੋਣਾ ਵੀ ਕੁਛ ਗਲਤ ਮਲਤ ਖਾ ਲਿਆ ਹੋਣਾ ਖਾਣਾ ਪੀਣਾ ਕੁਛ ਖਾਣਾ ਪੀਣਾ ਚੇਂਜ ਕਰਾਉਣ ਦੀ ਵੀ ਗੱਲ ਕੀਤੀ ਕੁਛ ਘਰ ਦੇ ਵਿੱਚ ਵੀ ਪੁੱਛਿਆ ਵੀ ਕੀ ਖਾ ਰਹੇ ਹੋ ਤੁਸੀਂ ਹਾਂਜੀ ਉਹ ਜਿਵੇਂ ਡਾਕਟਰ ਨੇ ਕਹਿਣਾ ਕਈਆਂ ਨੇ ਕਹਿਣਾ ਤੁਹਾਨੂੰ ਇਹ ਐਲਰਜੀ ਕਰਦੀ ਹੈ ਜਿਵੇਂ ਵੀ ਕਣਕ ਐਲਰਜੀ ਕਰਦੀ ਹੋਊਗੀ ਤੁਸੀਂ ਕਣਕ ਦੀ ਰੋਟੀ ਬੰਦ ਕਰਕੇ ਦੇਖ ਲਓ ਤੁਸੀਂ ਚਾਵਲ ਖਾ ਕੇ ਦੇਖ ਲਓ ਕਿਸੇ ਨੇ ਕਹਿਣਾ ਤੁਹਾਨੂੰ ਚਾਵਲ ਅਵਾਈ ਕਰਦੇ ਆ ਉਹ ਜਿਵੇਂ ਮਤਲਬ ਕਿਸੇ ਤੋਂ ਅਲੱਗ ਅਲੱਗ ਦਵਾਈ ਲੈਣੀ ਉਹ ਆਪਣਾ ਤਜਰਬਾ ਹੀ ਅਲੱਗ ਅਲੱਗ ਕਰਦੇ ਰਹੇ ਮਤਲਬ ਮੈਂ ਪਰ ਉਹਦੇ ਨਾਲ ਕੋਈ ਮੈਨੂੰ ਫਰਕ ਨਹੀਂ ਪਿਆ ਅਤੇ ਜਦੋਂ ਡਾਕਟਰ ਨੇ ਦੱਸਿਆ ਕਦੋਂ ਦੱਸਿਆ ਤੁਹਾਨੂੰ ਵੀ ਤੁਹਾਨੂੰ ਸੰਗਰਹਿਣੀ ਦੀ ਪ੍ਰੋਬਲਮ ਹੈ ਸੰਗਰਹਿਣੀ ਦੀ ਪ੍ਰੋਬਲਮ ਲਗਭਗ ਮੈਨੂੰ ਪਹਿਲਾਂ ਮੈਂ 17 'ਚ ਟੈਸਟ ਕਰਾਇਆ ਮੈਨੂੰ ਉਦੋਂ ਵੀ ਕਿਸੇ ਦੱਸਿਆ ਵੀ ਤੈਨੂੰ ਸੰਗਰਹਿਣੀ ਦੀ ਪ੍ਰੋਬਲਮ ਆ ਫਿਰ ਮੈਨੂੰ ਵਿੱਚੋਂ ਕਈ ਬੰਦੇ ਕਹਿੰਦੇ ਵੀ ਨਹੀਂ ਮਤਲਬ ਤੈਨੂੰ ਐਵੇਂ ਵਹਿਮ ਪੈ ਗਿਆ ਤੂੰ ਰਹਿਣ ਦੇ ਫਿਰ ਬਾਅਦ ਦੇ ਵਿੱਚ ਮੈਂ ਫਿਰ ਟੈਸਟ ਕਰਾਇਆ ਉਹਨਾਂ ਨੇ ਵੀ ਕਿਹਾ ਸੰਗਰਹਿਣੀ ਫਿਰ ਮੈਂ ਇੱਕ ਦੇਸੀ ਦਵਾਈ ਲਈ ਕਿਸੇ ਤੋਂ ਡਾਕਟਰ ਉਹ ਉਹਨਾਂ ਨੇ ਥੋੜ੍ਹੇ ਜਿਹੇ ਟੈਸਟ ਵੀ ਕਰਾਏ ਆਪਦੇ ਹੀ ਅਤੇ ਉਹ ਨਵਜ ਵੀ ਵੇਖੀ ਨਵਜ ਨੂੰ ਵੀ ਫੜ ਕੇ ਉਹ ਮੈਨੂੰ ਕਹਿੰਦੇ ਵੀ ਤੁਹਾਨੂੰ ਵਾਕਈ ਸੰਗਰਹਿਣੀ ਹੈ ਅਤੇ ਅਸੀਂ ਸ਼ਰਤੀਆ ਇਲਾਜ ਕਰਾਂਗੇ ਅਤੇ ਤੁਸੀਂ ਸਾਡੇ ਕੋਲੋਂ 3 ਮਹੀਨੇ ਦਵਾਈ ਖਾਓ ਅਤੇ ਤੁਸੀਂ ਠੀਕ ਹੋ ਜਾਓਗੇ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਉਹਨਾਂ ਨੂੰ ਵੀ ਇਹੀ ਪ੍ਰੋਬਲਮ ਦੱਸੀ ਵੀ ਮੈਂ ਬਾਹਰ ਚਲਾ ਜਾਂਦਾ ਮੈਂ ਮਹੀਨਾ ਮਹੀਨਾ ਡੇਢ ਮਹੀਨਾ ਘਰ ਨਹੀਂ ਆਉਂਦਾ ਉਹਨਾਂ ਨੇ ਕਿਹਾ ਕੋਈ ਨਹੀਂ ਅਸੀਂ ਤੁਹਾਨੂੰ ਮਹੀਨੇ ਹੀ ਦਵਾਈ ਦੇ ਦਿੰਦੇ ਹਾਂ ਉਹਨਾਂ ਨੇ ਮੈਨੂੰ ਆਹ ਦੇਸੀ ਦਵਾਈ ਥੋੜ੍ਹਾ ਪਾਊਡਰ ਜਿਹਾ ਅਤੇ ਗੋਲੀਆਂ ਦਿੱਤੀਆਂ ਵੱਟੀਆਂ ਹੋਈਆਂ ਅਤੇ ਉਹ ਵੀ ਮੈਂ ਖਾਂਦਾ ਰਿਹਾ ਜਿਵੇਂ ਮੰਨ ਲਿਆ ਮਹੀਨੇ ਮੈਨੂੰ ਇੱਕ ਵਾਰੀ ਐਂ ਲੱਗਣਾ ਵੀ ਜਿਵੇਂ ਮਤਲਬ ਠੀਕ ਆ ਕੰਮ ਪਰ ਉਹ ਜਿਵੇਂ ਇੱਕ ਤਜਰਬਾ ਜਿਹਾ ਹੈਗਾ ਵੀ ਜਿਵੇਂ ਦਵਾਈ ਖਾਧੀ ਅਤੇ ਦਵਾਈ ਨਾਲ ਮਨ ਨੂੰ ਸ਼ਾਂਤੀ ਜਿਹੀ ਹੋਣੀ ਵੀ ਮੈਂ ਠੀਕ ਹਾਂ ਪਰ ਨਹੀਂ ਉਹਦੇ 'ਚ ਮੈਂ ਮਹੀਨੇ ਬਾਅਦ ਆ ਕੇ ਫਿਰ ਜਿਵੇਂ ਡਾਕਟਰ ਨੂੰ ਉਹਨੂੰ ਦੱਸਿਆ ਜਿਹਨਾਂ ਦੇਸੀ ਦਵਾਈ ਦਿੱਤੀ ਸੀ ਵੀ ਜਿੰਨਾ ਚਿਰ ਮੈਂ ਦਵਾਈ ਖਾਂਦਾ ਕੁਛ ਟਾਈਮ ਮੈਨੂੰ ਆਰਾਮ ਰਹਿੰਦਾ ਪਰ ਨਹੀਂ ਬਾਕੀ ਮੇਰੀ ਸੈਟਿੰਗ ਨਹੀਂ ਹੈਗੀ ਉਹਨਾਂ ਕਿਹਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਆਹ ਮਹੀਨਾ ਇੱਕ ਹੋਰ ਖਾਓ ਸੈੱਟ ਹੋ ਜਾਓਗੇ ਪਰ ਨਹੀਂ ਮੈਂ 3 ਮਹੀਨੇ ਉੱਥੋਂ ਦਵਾਈ ਖਾਧੀ ਮੈਨੂੰ ਕੋਈ ਫਰਕ ਨਹੀਂ ਪਿਆ ਫਿਰ ਮੈਨੂੰ ਹਰੀਕੇ ਇੱਕ ਵਾਰੀ ਦੱਸ ਪਈ ਵੀ ਉੱਥੇ ਦੇਸੀ ਦਵਾਈ ਦਿੰਦੇ ਆ ਫਿਰ ਮੈਂ ਹਰੀਕਿਆਂ ਤੋਂ ਵੀ ਉਹਨਾਂ ਤੋਂ ਲਿਆ ਪਰ ਨਹੀਂ ਮੈਨੂੰ ਉੱਥੇ ਉਹਨਾਂ ਨੇ ਵੀ ਮੈਨੂੰ ਦੇਸੀ ਪੁੜੀਆਂ ਬਣਾਉਂਦੇ ਸੀ ਉਹ ਅਤੇ ਉਹਨਾਂ ਮੈਨੂੰ ਪੁੜੀਆਂ ਦਿੱਤੀਆਂ ਦਹੀਂ 'ਚ ਪਾ ਕੇ ਖਾਓ ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਜਿੰਨਾ ਚਿਰ ਦਵਾਈ ਖਾਣੀ ਹੈ ਤੁਸੀਂ ਅਨਾਜ ਦੀ ਰੋਟੀ ਨਹੀਂ ਖਾਣੀ ਅਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਉਹ ਵੀ ਮੈਂ 1.5-2 ਮਹੀਨੇ ਖਾਧੀਆਂ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਹੋਮੋਪੈਥੀ ਵਾਲੇ ਕੋਲ ਵੀ ਗਏ ਹੋਮੋਪੈਥ ਸ਼ਰਮੇ ਸਿੱਧੂ ਮੋਗਾ ਉਹ ਨਹੀਂ ਇਸ ਤੋਂ ਇਲਾਵਾ ਦੂਜੇ ਇੱਕ ਹੋਮੋਪੈਥੀ ਵਾਲੇ ਨਹੀਂ ਉਹਨਾਂ ਕੋਲ ਇੱਥੇ ਇੱਕ ਸਾਡੇ ਹੈਗਾ ਸੋਨੂ ਡਾਕਟਰ ਮੋਗਾ ਇੱਥੇ ਘੋੜੀ 'ਚ ਗਈ ਉਹ ਦਵਾਈ ਦਿੰਦੇ ਆ ਹੋਮੋਪੈਥ ਉਹਨਾਂ ਨੂੰ ਮੈਂ ਵਿਖਾਇਆ ਸੀ ਉਹਨਾਂ ਨੇ ਵੀ ਮੈਨੂੰ ਚੈੱਕ ਚੁੱਕ ਕੀਤਾ ਉਹ ਕਹਿੰਦੇ ਕੋਈ ਨਹੀਂ ਤੂੰ ਦਵਾਈ ਖਾ ਠੀਕ ਹੋ ਜਾਏਗਾ ਪਰ ਨਹੀਂ ਮੈਂ ਉਹਨਾਂ ਤੋਂ ਵੀ ਖਾਧੀ ਕਾਫੀ ਚਿਰ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਅੱਛਾ ਜਦੋਂ ਇਹ ਹਾਲਾਤ ਚੱਲ ਰਹੇ ਸੀਗੇ ਤੁਸੀਂ ਮਤਲਬ ਮਹੀਨਾ ਬਾਹਰ ਰਹਿਣਾ ਅਤੇ ਉਦੋਂ ਫਿਰ ਕੰਮ ਦੇ ਉੱਤੇ ਵੀ ਅਸਰ ਪੈਂਦਾ ਕੰਮ 'ਤੇ ਜੀ ਮੈਨੂੰ ਆਪਦੇ ਆਪ 'ਚ ਕ੍ਰੋਧ ਬਹੁਤ ਆਉਂਦਾ ਸੀ ਜਿਵੇਂ ਗੁੱਸਾ ਚੜ ਜਾਣਾ ਨਾਲ ਦੇ ਡਰਾਈਵਰਾਂ ਨਾਲ ਲੜ ਪੈਣਾ ਕਨੈਕਟਰ ਨਾਲ ਲੜ ਪੈਣਾ ਜਾਂ ਕਿਸੇ ਵਪਾਰੀ ਦਾ ਮਾਲ ਲੈ ਕੇ ਜਾਣਾ ਉੱਥੇ ਲੜ ਪੈਣਾ ਜਾਂ ਘਰੇ ਆਉਣਾ ਘਰੇ ਵੀ ਖਿੱਚ ਚੜੀ ਰਹਿਣੀ ਵੀ ਆਪਦਾ ਸਰੀਰ ਨਹੀਂ ਸੈੱਟ ਸੀ ਅਤੇ ਇਸ ਕਰਕੇ ਪ੍ਰੋਬਲਮ ਆਉਂਦੀਆਂ ਸੀ ਬਹੁਤ ਅੱਛਾ ਕੰਮ ਹੁੰਦਾ ਸੀ ਜਾਂ ਕੰਮ ਜਿਹੜਾ ਸੀਗਾ ਉਹਦੇ ਵਿੱਚ ਵੀ ਤੁਹਾਨੂੰ ਆਰਾਮ ਕਰਨਾ ਪੈਂਦਾ ਸੀ ਵਿੱਚ ਨਹੀਂ ਜਦੋਂ ਇਸ ਚੀਜ਼ ਜਿਵੇਂ ਖਾਣਾ ਖਾ ਕੇ ਪਚਦਾ ਨਹੀਂ ਸੀ ਮੈਂ ਜਾਣਾ ਫਲੱਸ਼ ਜਾਣਾ ਮੇਰੇ ਦਰਦ ਹੋਣਾ ਮੈਂ 2-2 ਘੰਟੇ 3-3 ਮੈਂ ਡਰਾਈਵਰਿੰਗ ਨਹੀਂ ਕਰ ਸਕਦਾ ਸੀ ਮੈਂ ਬੈਠੇ ਰਹਿਣਾ ਮੇਰੇ ਨਾਲਦਿਆਂ ਨੇ ਕਹਿਣਾ ਯਾਰ ਤੂੰ ਚੰਗਾ ਇਹ ਕੰਮ ਫੜਿਆ ਮੈਂ ਕਹਿਣਾ ਹੁਣ ਮੈਂ ਕੀ ਕਰਾਂ ਮੇਰੀ ਮਜਬੂਰੀ ਹੈ ਮੈਥੋਂ ਨਹੀਂ ਸੌਲ ਆਉਂਦਾ ਅਤੇ ਐਂ ਮੇਰਾ ਸਮਾਂ ਗੁਜ਼ਰਦਾ ਰਿਹਾ ਬਹੁਤ ਚਿਰ ਮੈਂ ਐਂ ਬਸ ਭਟਕਦਾ ਫਿਰਿਆ ਅਤੇ ਜਦੋਂ ਖਾਣਾ ਤਾਂ ਅੰਦਰ ਪਚ ਨਹੀਂ ਰਿਹਾ ਸੀ ਦਰਦ ਹੁੰਦਾ ਸੀਗਾ ਇਹਦੇ ਨਾਲ ਸਰੀਰ ਦੇ ਉੱਤੇ ਕੋਈ ਹੋਰ ਵੀ ਅਸਰ ਪਿਆ ਕਿਸੇ ਹਾਂਜੀ ਮੈਨੂੰ ਕਮਜ਼ੋਰੀ ਮਹਿਸੂਸ ਹੁੰਦੀ ਸੀ ਜਿਵੇਂ ਮੰਨ ਲਿਆ ਇੱਕ ਨੀਂਦ ਜ਼ਿਆਦਾ ਆਉਣੀ ਥਕਾਵਟ ਮਹਿਸੂਸ ਹੋਣੀ ਐਂ ਮਤਲਬ ਬਹੁਤ ਚੀਜ਼ਾਂ 'ਚ ਹਾਂਜੀ ਖੂਨ ਵੀ ਘੱਟ ਗਿਆ ਸੀ ਖੂਨ ਵੀ ਘੱਟ ਗਿਆ ਸੀ ਬਾਅਦ 'ਚ ਮੈਂ ਖੂਨ ਇਹਨਾਂ ਨੇ ਜੋ ਟੈਸਟ ਕਰਾਇਆ ਖੂਨ ਬਹੁਤ ਘੱਟ ਸੀਗਾ ਫਿਰ ਬਾਅਦ 'ਚ ਦਵਾਈ ਲੈਣ ਤੋਂ ਬਾਅਦ ਵੀ ਸੈੱਟ ਹੋਇਆ ਕਦੇ ਇਸ ਸਮੱਸਿਆ ਨੂੰ ਲੈ ਕੇ ਕਿਤੇ ਦਾਖਲ ਵੀ ਹੋਣਾ ਪਿਆ ਨਹੀਂ ਦਾਖਲ ਤਾਂ ਐਂ ਸੀ ਜਿਵੇਂ ਮੰਨ ਲਿਆ ਇੱਥੇ ਘੋੜੀ 'ਚ ਕਹਿੰਦੇ ਤੁਹਾਨੂੰ ਦੱਸਿਆ ਕੋਈ ਡਾਕਟਰ ਜੇ ਮੰਨ ਲਿਆ ਕਦੀ ਕਿਸੇ ਨੇ ਕਹਿਣਾ ਰੋੜੇ ਤੋਂ ਲੈ ਲਾ ਕਦੀ ਕਿਸੇ ਨੇ ਕਹਿਣਾ ਕਿੰਦੇ ਤੋਂ ਉਹਨਾਂ ਨੇ ਕੋਈ ਬੋਤਲ ਲਾ ਦੇਣੀ ਟੀਕੇ ਲਾ ਦੇਣੇ ਉਹਨਾਂ ਨੇ ਕਹਿਣਾ ਹਫ਼ਤੇ ਦੀ ਦਵਾਈ ਖਾਓ ਜੀ 2 ਦਿਨ ਦੀ ਖਾਓ ਜੀ 4 ਦਿਨ ਦੀ ਖਾਓ ਜੀ 10 ਦਿਨ ਦੀ ਖਾਓ ਪਰ ਲੇਕਿਨ
कोई उन्हें जो बेनीफिट जिन जिन्ना चर दवाई खानी उन्ना चर मतलब रुपये चो 30 पैसे मैं फर्क लगता सी जो दवाई बंद कर देनी उदो उ हाल रहा मेरा। तो परिवार के किदा का माहौल सी क्योंकि परिवार के कमाऊ किन्ने हो तुसी? कमाऊ जी सब तो फस्ट मैं ही सी, मैं ही काम करता सी, बेटे मेरे छोटे सी। अच्छा। डैडी साढ़े भी मतलब कोई काम नहीं करते सी, मैं ही करता सी, मैं ही गड्डी चलाउंदा सी, मैं ही जाना। मैनू बजुर्गों ने बहुत कहना भी कितों बदल के देख ला, उन्हां नाल मैं लड़ पैना भी इन्नी वार तो बदल के देख लिया, हुण दसो जिथे तुसी कहिंदे मैं उत्थे चला जाना। तो पर उन्होंने जितों कितों मान लिया किसी भैन भरा ने कह देना तो उत्थों लाया। जी मैं एक बार फिरोजपुरों भी दवाई लिया सी, मैनू उत्थों भी कोई फर्क नहीं पाया। अच्छा। तो किवें परिवार वालों भी फिर काफ़ी टेंशन रहिंदी? बहुत जी बहुत टेंशन रहिंदी सी, बहुत ज़्यादा। मतलब हर बंदे ने जदों खिंच के पैना, उन्होंने कहना तू साडे नाल क्यों लड़दा, साडी की मजबूरी भी, साडा की गुनाह। तो मैं कहना भी मैं दसो हुण मैं की करा, मैनू नहीं आराम आउंदा, मैं की कर सकदा इस गल च। कदे इह भी होया भी इस समस्या नूं लैके तुहानूं कदे गड्डी तो जाण तो भी रह गए होवो, कुछ दिन तुहानूं घरे रहना पिया? बहुत वारी जी बहुत वारी प्रॉब्लम होई, जिवें इत्थों कई वारी तुर जाणा ते मोगे जाके दर्द होना, घरदियां नूं फोन करना मेरे दर्द हुंदा, उन्होंने कहना तुसीं आ जाओ, रहन दिओ, कल चले जाइओ, परसों चले जाइओ। दो दो तीन तीन दिन ऐ भरी गड्डी खड़ी रहिंदी सी, नहीं जाईदा सी, आखीदा सी नहीं शरीर सैट होऊगा फिर जावांगे, नहीं प्रॉब्लम होनी। अच्छा। ते फिर जदों इह सारे हालातां चों लंघ रहे सीगे ते फिर इह किहड़े सन दे विच तुसीं ते कदों तुहानूं जिहड़ा इहदा हल मिलिआ फिर? भाजी मैं हुण नहीं इसे सन च ही 2 महीने हो गए, 2.5 मैं इन्हों को शर्मे को सिद्धू को मैंने कहने दस पाई भी ये शर्मा सिद्धू मोगे बस स्टैंड के सामने। अच्छा। हाँ जी मैं इन्हों को गया, इन्हों आपकी प्रॉब्लम दसी, पर पहला इन्होंने मैं दिलासा दिता भी नहीं तू ठीक हो जाएगा, पर मैं इन्होंने ये गल कही भी मैं दवाई बहुत खाधी आ, मैनू 10 साल हो गए 12 भी ऐ ही सारे कहेंदे आ। इन्होंने मैंने शर्तियाँ इतों तक क्या भी असी तेरे पैसे भी मोड़ांगे जे तू ना ठीक होएगा, आपका रुपया रुपया लिख ला जे तेनों ना फर्क पवे तो असी पैसे भी मोड़ांगे तेरे। पर मैं इन्हों को 2.5-3 महीने हो गए दवाई खाधी, हुण मैनू 10 पैसे प्रॉब्लम, बिल्कुल ठीक हो गया मैं। जदों दवाई खानी शुरू की सी की दवाई सी? दवाई बूंदा वाली जी। अच्छा। तो जो दवाई तुम पीनी शुरू की तो कितनी देर बाद लगन लग्या भी यार फर्क पैन लगा? मैनू सही मतलब 15 दिनों बाद आपदे आप नूं लगन लग गया ही भी मैनू बहुत ज़्यादा फर्क आ। जिवें मैं मतलब खाना खाने तो बाद मैं घर 10 मिनट इंतजार करना, मेरे दर्द तो नहीं होंदा, तो उन्दे नालों जिवें 15 दिनों बाद मैनू मतलब महसूस होने लग गया भी नहीं मैं हुण अगे नूं बहुत ठीक हाँ। हाँ फिर मैंने को जाके जो 15 दिनों दी मैंने दवाई दी सी, 15 दिनों तो मैं ठीक लगा, तो मैं दोबारा फिर गया इन्होंने दसिया जाके भी मैनू प्रॉब्लम का बहुत ज़्यादा फर्क आ, पर यह ना हो दवाई दे सहद ही सीख हो तो बाद केंद्र भी तू बेशक दवाई घटा के वेख ला जिमें मर्जी, पर मैं छड़ के वेख लिया हूँ मैं बिल्कुल ठीक हाँ, कोई प्रॉब्लम नहीं मैनू। हाले तो दवाई लै रहे होने 10 पैसे है? बहुत बहुत घट दवाई खाना मतलब, पर मैं बिल्कुल ठीक हूँ, कोई एड्डी प्रॉब्लम नहीं हैगी। 10 पैसे मैं प्रॉब्लम आ, जिमें कि मैं 5-4 दिन कोई माड़ा मोटा मरोड़ा जो उठता, बाकी दर्द दुर्द नहीं मैं आता, बिल्कुल सही है, बिल्कुल सैट है। अच्छा किन तुम 12-13 साल किन्ने क पैसे ला चुके होने इस बीमारी के उ? ऐसे तो हम तुम देख ही लो जी, तुम्हें पता ही अजक पैसे किन्ने लगते हैं भी, जिन्हों टेस्ट करवाना जिंदे को उन्हें कहना 5,000 कहना 7,000 कहना 2,000 कहना 4,000, ये पैसे तो कोई गिनती नहीं हैगी जी। हुण बाहर भी मैं बहुत टेस्ट गुवाहाटी भी एक बार मैं कराए सी, उत्थे मैं 12-13 हज़ार रुपया एक बार दिता सी, पर मैनू कोई उत्थों भी कोई उन्होंने मैं अल्ट्रासाउंड भी किया, सब कुछ किया जी। वो कहना तेनों रोग ही कोई नहीं, तेनों है ही कुछ नहीं, तू बस तेनों एलर्जी है जी, वो है ये है, बस ऐ कह छड़ दे। पर हुण इत्थे इत्थे भी काफ़ी पैसे लग गए होने? नहीं जी ये तो पैसे बहुत जायज़ लेंदे आ, बहुत घट पैसे ये तो समझ लो तुसी जे सही गिनो तो इन्ने इन्ने पैसे तो मैं एक बार डॉक्टर नूं दिते आ, जिन्ने मैं 3 महीने जिन्होंने दवाई च दिते। हाँ जी ये तो बहुत घट पैसे लेंदे जी, बहुत ज़्यादा। तुहाडी तसली है? तसली फुल तसली है, बहुत बिल्कुल तंदुरुस्त हाँ, कृपा बाबे दी। की लगता भी किन्नी देर दे विच तुसी बिल्कुल हुण बाकी दा रहंदा भी ठीक हो जाऊंगा? नहीं ठीक आ हुण तां मैं तुसी ये देख लो भी 100 चो 10% आ।
90% मेरा रोग कटिया गया। हुण इह तां मैनूं कहिंदे तुसीं दवाई ना लो भावें भी कोई दिक्कत नहीं, पर मैं आपकी मर्जी नाल मैं कोई गल नहीं, जिथे आपां इन्ना चिर संघर्ष कीता ते आपां होर खा लैने महीना खंड कोई गल नहीं। हाँ जी, तो तुसीं हुण आप तां ठीक हो गए हो, बहुत सारे लोग जिहड़े ने उह तुहानूं देख रहे ने, की कहना चाहोगे? मैं सब नूं कहना भी किसी नूं भी इस तरह की प्रॉब्लम आ ते तुसीं आओ शर्मा जी कोल ते सिद्धू कोल मोगे बस स्टैंड के सामने, ठीक है, दवाई लो, कोई प्रॉब्लम नहीं, बिल्कुल जायज़ पैसे लेंदे आ, पूरी गल सुनदे आ, पूरे ध्यान नाल ते पूरा पूरे मतलब मिलजुल के चलते आ, कोई ज़्यादा फीस नहीं, कोई गल नहीं, कोई बात नहीं, बहुत वधिया बंदे आ, बहुत वधिया, पूरी तसली, पूरी तसली जी पूरी। तुसीं होरां नूं भी किसी नूं परिवार नूं भी किसी नूं भेजिया है? हाँ जी, मैं हुण मतलब मेरी माता सी उन्हां दी शुगर दी प्रॉब्लम सी उन्हां नूं ते 15-20 दिन तो उन्हां नूं भी दवाई दवाई आ शुगर दी, उह वी हुण अग्गे नूं बहुत फर्क आ उन्हां नूं। बहुत बहुत धन्यवाद जी, धन्यवाद जी, शुक्रिया जी। सो तुसीं देखिया भी किस तरीके दे नाल संग्रहणी रोग एक अजिहा रोग है जिहनूं ऑटो इम्यून डिसऑर्डर कहिंदे ने, ते ऑटो इम्यून डिसऑर्डर जिहड़ा उह इन्नी जल्दी ठीक नहीं हुंदा हुंदा। 12-13 साल इन्हां ने पूरी तरह संताप भोगिया, शरीर दे उत्ते कष्ट सहा, पैसा गवाया, शरीर गवाया, तो जिहड़ा कम दा हर्जा कीता ते परिवार दे विच भी टेंशन दा माहौल रहा। लेकिन जिस समय इन्हां ने डॉक्टर सिद्धू सिमरनजीत सिंह सिद्धू ते डॉक्टर सुंदरपाल शर्मा होणा कोलों दवाई लैनी शुरू की, तो फिर इन्हां नूं 15 दिन बाद ही जो इन्हां दी समस्या सी इन्हां नूं लगन लग गया भी इस समस्या दा मैनूं हल मिल गया, बिल्कुल ठीक होना शुरू करता। अज यह 2 महीने हो गए इन्हां नूं दवाई खांदे नूं, तो इन्हां दा दावा है कि यह 90% ठीक हो चुके हैं, तो कहिंदे ने भी पूरी तरह दवाई तो पूरी तरह ठीक होने लई मैं हले दवाई होर खाऊँगा। उम्मीद करते हैं कि यह वीडियो भी तुहानूं पसंद आई होगी, तो जे पसंद आई है तो फटाफट शेयर करो, जिन्ना शेयर करोगे उन्ना इस रोग नाल पीड़ित बहुत सारे लोग जिहड़े ने वो घर बैठे हार मनी बैठे ने, तो की पता तुहाडी शेयर कीती होई वीडियो किसी एक नूं हल देगी तो वह अपने आप नूं ठीक कर लेगा। तो जे अजिहा हुंदा तां असीं समझांगे कि इस वीडियो नूं बनाउण दा मकसद भी कामयाब रहा। साडे चैनल न्यूज़ एशिया पंजाबी, न्यूज़ एशिया हिंदी, आवाज़े पंजाब फेसबुक पेज न्यूज़ एशिया पंजाबी ते फेसबुक पेज न्यूज़ एशिया हिंदी नूं लाइक सबसक्राइब ते फॉलो करना ना भुल्यो। अगली बार फिर हाजर होवांगे एक नवे मुद्दे एक नवे मेहमान के नाल, उदों तक मैनूं दे इजाज़त, धन्यवाद।